ਵੀਰ ਸੁਰੇਸ਼ ਸਿੰਘ ਜੀ ਵੀ ਸਾਡੇ ਨਾਲ ਨੇ, ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਇੱਥੇ ਨਾ ਜਿਹੜੇ ਲੰਗਰ ਤਿਆਰ ਕਰਨ ਦੀ ਸੇਵਾ ਹੈ ਉਹ ਵੀਰ ਸੁਰੇਸ਼ ਸਿੰਘ ਜੀ ਨਿਭਾਉਂਦੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਜੀ, ਤੇ ਆਪ ਜੀ ਦਾ ਪਿੰਡ ਕਿਹੜਾ ਜੀ, ਜਾਂ ਵੀ ਕੀ ਕੁਝ ਸੇਵਾ ਕਰਦੇ ਜੀ? ਮੈਂ ਮੇਰਾ ਪਿੰਡ ਮੰਡੀ ਗੋਬਿੰਦਗੜ੍ਹ ਹੈ ਜੀ। ਅੱਛਾ ਜੀ। ਮੈਂ ਸਵੇਰੇ ਰਾਤ 2 ਵਜੇ ਉੱਠਦਾ ਜੀ। ਰਾਤ ਨੂੰ 2 ਵਜੇ? ਹਾਂਜੀ। ਵਾਹ ਜੀ ਵਾਹ। 2 ਵਜੇ ਉੱਠ ਕੇ ਨਿਤਨੇਮ ਕਰਕੇ ਅੱਛਾ ਜੀ ਇਸ਼ਨਾਨ ਕਰਕੇ 4:15 ਵਜੇ ਗੁਰਦੁਆਰਾ ਸਾਹਿਬ ਆ ਜਾਣਾ। 4:15 ਗੁਰਦੁਆਰਾ ਸਾਹਿਬ ਪਹੁੰਚ ਜਾਣਾ? ਹਾਂਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਮਹਾਰਾਜ ਦੇਵ ਬਣਾਉਣਾ ਵਾ। अच्छा, देख आप जी तैयार करते हैं? हाँ जी। कितनी देख तैयार होती है भाई साहब जी? 2 किलो 1.5 किलो रोह तैयार होती है जी। 2 किलो 1.5 किलो रोह तैयार होती है। ठीक है जी। तैयार के महाराज हजूरी पेश करके। अच्छा जी। उस तो बाद फिर जो दाल सब्जी लंगर बनती है। अच्छा जी। वो आप तैयार कर दे। ठीक है जी। 8 बजे हम अभी लंगर स्टार्ट कर देना। अच्छा जी। लंगर 8 बजे भोग लवाता महाराज को। ठीक है। ये दाल सब्जी अभी तैयार करते हो, वैसे तो गुरु के जो दरबार है ये तो गिनती ही नहीं होती, मतलब ये कितनी संगत तैयार होंगे जी? घटो घट भी 4-5 सौ बंद संगत तैयार हो जाए। 4-5 सौ संगत। हाँ जी। वाह जी वाह। थोड़ी ना वीर जी आप सू जानकारी दो, अज आप जी तो अभी आप जी को खजाना है जो अच्छे आप जी को लैके जाना। हाँ जी। जो असं देखे कई सारिया भैन कई वीर घर के प्रशादे तैयार करते हैं, रोटी तैयार करते हैं, वो नॉन मीट च फर्क रह जाता है। हाँ जी। आप जी 4-5 सौ संगत तैयार करते हो? हाँ जी। ये किवें हिसाब लगता है आप जी? हिसाब है जिम्मे अपने 10 किलो दाल पानी है। अच्छा जी। तो 10 किलो दाल अद्धा किलो नून लगता है। ये कोई भी दाल हो? हाँ जी, कोई दाल हो। अच्छा। ਇਹ ਜੋ 1/2 ਕਿਲੋ ਨੂਨ ਲੱਗ ਨੂਨ ਲੱਗਣਾ 1/2 ਕਿਲੋ ਨੂਨ ਲੱਗਣਾ ਹੀ ਲੱਗਣਾ। ਹਾਂ, ਜੇ 20 ਕਿਲੋ ਦਾਲ ਪਾਉਨੇ ਆ ਆਪਾਂ ਅੱਛਾ ਤਾਂ 1 ਕਿਲੋ ਨੂਨ ਲੱਗਣਾ। 1 ਕਿਲੋ ਨੂਨ ਲੱਗਣਾ। ਠੀਕ ਹੈ ਜੀ। ਠੀਕ ਹੈ ਜੀ। ਤੇ ਉਹਦੇ ਵਿੱਚ ਪਾਈਆ ਹਲਦੀ ਪੈਣੀ ਆ। ਅੱਛਾ ਜੀ। ਤੇ ਪਾਈਆ ਲਾਲ ਮਿਰਚ ਪੈਣੀ ਆ। ਠੀਕ ਹੈ ਜੀ। ਜਦੋਂ ਅਸੀਂ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਛਕਦੇ ਆ, ਭਾਵੇਂ ਸਬਜ਼ੀ ਹੈ, ਭਾਵੇਂ ਦਾਲ ਹੈ, ਭਾਵੇਂ ਪ੍ਰਸ਼ਾਦ ਵੀ ਛਕਦੇ ਆ, ਉਹਦਾ ਇੱਕ ਸਵਾਦ ਟੇਸਟ ਵੱਖਰਾ ਹੀ ਹੁੰਦਾ ਹੈ। ਹਾਂ। ਇਹਦੇ ਪਿੱਛੇ ਦਾ ਕੀ? ਇਹਦੇ ਵਿੱਚ ਕੀ ਹੈ ਕਿ ਮਹਾਰਾਜ ਦਾ ਜਾਪ ਹੁੰਦਾ ਜਿਹਦੇ ਵਿੱਚ ਸਿਮਰਨ ਹੁੰਦਾ ਹੈ। ਠੀਕ ਹੈ। ਇਹਦੇ ਵਿੱਚ ਮਹਾਰਾਜ ਦਾ ਜਿੰਨਾ ਜਾਪ ਹੋਏਗਾ ਜਾਂ ਸਿਮਰਨ ਹੋਏਗਾ, ਚਾਹੇ ਤੇਲ ਮਸਾਲੇ ਆਪਾਂ ਘੱਟ ਪਾ ਦਈਏ, ਤੇਰੀ ਮਾਰੇ ਦਾ ਉਹਦਾ ਅੰਸੋ ਦੇ ਵਿੱਚ ਆ ਜਾਂਦਾ ਹੈ। ਠੀਕ ਹੈ ਜੀ। ਸੱਚੇ ਬਾਦਸ਼ਾਹ ਦਾ ਅੰਸ ਵਿੱਚ ਵੜ ਜਾਂਦਾ ਤੇ ਆਟੋਮੈਟਿਕਲੀ ਉਹ ਚੀਜ਼ ਸਵਾਲ ਲੱਗਦੀ ਹੈ। ਵਾਹ ਜੀ ਵਾਹ। ਅੱਛਾ ਵੀਰ ਜੀ, ਆਪ ਜੀ ਦਾ ਕਿੱਤਾ ਕੀ, ਆਪ ਜੀ ਕੰਮ ਕੀ ਕਰਦੇ ਹੋ? ਮੇਰੀ ਆਪਣੀ ਕਿਰਾਣੇ ਦੀ ਦੁਕਾਨ ਹੈ ਜੀ। ਅੱਛਾ ਜੀ। ਤੇ ਮੈਂ ਹਲਵਾਈ ਦਾ ਵੀ ਕੰਮ ਕਰਦਾ ਜੀ। ਅੱਛਾ। ਹਾਂਜੀ। ਤੇ ਫਿਰ ਇਹ ਜਿਹੜੀ ਆਪ ਜੀ ਇਸ ਸੇਵਾ ਨਿਭਾਉਂਦੇ ਹੋ ਜੀ, ਇਹਦੀ ਆਪ ਜੀ ਭੇਟਾ ਲੈਣੀ ਹੋ? ਨਹੀਂ, ਫ੍ਰੀ ਸੇਵਾ ਜੀ ਮੇਰੀ ਹੈ। ਫ੍ਰੀ ਸੇਵਾ ਕਰਦੇ ਹੋ ਆਪ ਜੀ? ਫ੍ਰੀ ਸੇਵਾ 10-11 ਸਾਲ ਹੋ ਗਏ ਜੀ ਮੈਨੂੰ। ਮੈਂ ਮਰਾ ਤੋਂ ਪਹਿਲਾਂ ਫ੍ਰੀ ਸੇਵਾ ਲਈ ਹੋਈ ਹੈ ਜੀ। 10-11 ਸਾਲ ਤੋਂ? ਹਾਂਜੀ ਹਾਂਜੀ। ਨਹੀਂ, ਆਪ ਜੀ ਦਾ ਆਪਣਾ ਕਿੱਤਾ ਹੈ। ਹਾਂਜੀ। ਫਿਰ ਆਪ ਵੀ ਫਿਰ ਵੀ ਫ੍ਰੀ ਸੇਵਾ ਕਰ ਰਹੇ ਹੋ, ਇਹਦਾ ਤਾਂ ਨੁਕਸਾਨ ਹੈ ਆਪ ਜੀ ਨੂੰ? ਨਹੀਂ ਨਹੀਂ, ਕੋਈ ਨੁਕਸਾਨ ਨਹੀਂ ਹੈ ਜੀ। ਅੱਛਾ। ਮਰਾ ਸਾਨੂੰ ਚੜ੍ਹਦੀ ਕਲਾ ਰੱਖਦਾ ਪੂਰਾ ਆਨੰਦ ਵਿੱਚ ਹੋ ਪੂਰਾ। ਹਾਂਜੀ ਪੂਰਾ। ਕਈ ਵਾਰੀ ਨਾ ਕੋਈ ਯਾਰ ਦੋਸਤ ਕਹਿ ਦਿੰਦੇ ਨੇ, ਭਾਈ ਤੇਰਾ ਤਾਂ ਆਪਣਾ ਕੰਮ ਹੈ, ਤੂੰ ਫ੍ਰੀ ਕਰੀ ਜਾਣਾ। ਨਹੀਂ ਨਹੀਂ ਨਹੀਂ, ਐਸਾ ਕੋਈ ਗੱਲ ਨਹੀਂ ਹੈ। ਅੱਛਾ। 3-4 ਕੰਮ ਨੇ ਆਪਣੇ ਪਰਮਾਤਮਾ ਦੀ ਕਿਰਪਾ ਨਾਲ, ਗੱਡੀ ਵੀ ਚੱਲਦੀ ਹੈ ਜੀ ਆਪਣੀ। ਠੀਕ ਹੈ ਜੀ। ਤੇ ਮਰਾ ਦੀ ਪੂਰੀ ਕਿਰਪਾ ਆਪਣੀ ਤੇ। ਚਲੋ, ਬਹੁਤ 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 ਧੰਨਵਾਦ ਜੀ। ਸਤ ਨਾਮ ਵਾਹਿਗੁਰੂ, 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 ਸਤ ਨਾਮ ਵਾਹਿਗੁਰੂ।